ਪੰਜਾਬੀ ਦੇਖ ਰਹੇ ਪਾਸੇ ਬੀਜੇਪੀ ਦਾ ਰੋਡ ਸ਼ੋ ਆ ਰਿਹਾ ਹੈ। ਫਰੀਦਕੋਟ ਤੋਂ ਬੀਜੇਪੀ ਦੇ ਉਮੀਦਵਾਰ ਹੰਸ ਰਾਜ ਹੰਸ ਚੋਣ ਮੈਦਾਨ ਦੇ ਵਿੱਚ ਨੇ ਤੇ ਪਹਿਲੀ ਵਾਰ ਬਾਬਾ ਫਰੀਦ ਦੀ ਨਗਰੀ ਪਹੁੰਚ ਰਹੇ ਨੇ। ਪਰ ਦੂਜੇ ਪਾਸੇ ਕਿਸਾਨਾਂ ਵੱਲੋਂ ਵੱਡੇ ਪੱਧਰ ਤੇ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ। ਤਾਂ ਤਸਵੀਰ ਦੇਖੋ, ਸਿੱਧੀਆਂ ਤਸਵੀਰਾਂ ਨੇ ਤੁਹਾਡੇ ਨਾਲ ਕਿ ਇੱਕ ਪਾਸੇ ਕਿਸਾਨ ਜਿਹੜੇ ਨੇ ਉਹ ਵਿਰੋਧ ਪ੍ਰਦਰਸ਼ਨ ਕਰ ਰਹੇ ਨੇ ਤੇ ਦੂਜੇ ਪਾਸੇ ਫਰੀਦਕੋਟ ਤੋਂ ਬੀਜੇਪੀ ਦੇ ਉਮੀਦਵਾਰ ਹੰਸ ਰਾਜ ਹੰਸ ਪਹੁੰਚੇ ਹੋਏ ਨੇ। ਤਾਂ ਦੇਖੋ ਤਸਵੀਰਾਂ ਨੇ, ਦੇਖ ਸਕਦੇ ਹੋ ਰੋਡ ਸ਼ੋਅ ਜਿਹੜਾ ਉਹ ਆ ਰਿਹਾ ਹੰਸ ਰਾਜ ਹੰਸ ਦਾ। ਤਾਂ ਦੂਜੇ ਪਾਸੇ ਵਿਰੋਧਤਾ ਜਿਹੜੀ ਆ ਕਿਸਾਨਾਂ ਵੱਲੋਂ ਦਿਖਾਈ ਜਾ ਰਹੀ ਆ। ਤਾਂ ਇੱਕ ਪਾਸੇ ਜਿਹੜੀ ਆ ਦੋਨੋਂ ਪਾਸੇ ਤੋਂ ਜ਼ਬਰਦਸਤ ਨਾਅਰੇਬਾਜ਼ੀ ਹੁੰਦੀ, ਇੱਕ ਪਾਸੇ ਸਮਰਥਕ ਨੇ ਦੂਜੇ ਪਾਸੇ ਵਿਰੋਧਤਾ। ਤਾਂ ਤਸਵੀਰ ਦੇਖੋ, ਤਾਂ ਤਸਵੀਰ ਇੱਕ ਪਾਸੇ ਵਿਰੋਧਤਾ ਦੀ ਤਸਵੀਰ ਆ, ਤਾਂ ਦੂਜੇ ਪਾਸੇ ਨਾਅਰੇ ਲੱਗ ਰਹੇ ਨੇ। ਤਾਂ ਤਸਵੀਰ ਦੇਖੋ, ਇਹ ਤਸਵੀਰ ਇੱਕ ਪਾਸੇ ਵਿਰੋਧ ਪ੍ਰਦਰਸ਼ਨ ਹੈ ਤੇ ਦੂਜੇ ਪਾਸੇ ਅੰਤਰਾ ਦੇ ਹੱਕ ਦੇ ਵਿੱਚ ਵੱਡੇ ਪੱਧਰ ਤੇ ਨਾਅਰੇਬਾਜ਼ੀ ਆ ਜਿਹੜੀ ਕੀਤੀ ਜਾ ਰਹੀ ਆ। ਤਾਂ ਦੇਖੋ ਇੱਕ ਪਾਸੇ ਕਿਸਾਨ ਤੇ ਦੂਜੇ ਪਾਸੇ ਬੀਜੇਪੀ ਦੇ ਸਮਰਥਕ। ਤਸਵੀਰ ਦੇਖੋ, ਇਹ ਖਾਸ ਤਸਵੀਰਾਂ ਤੁਹਾਡੇ ਤੱਕ ਪਹੁੰਚਾਈਆਂ ਜਾ ਰਹੀਆਂ ਨੇ। ਤਾਂ ਲਗਾਤਾਰ ਤਸਵੀਰਾਂ ਨੇ ਤਾਂ ਦੇਖੋ ਨਾਅਰੇਬਾਜ਼ੀ, ਕਿਸਾਨ ਜ਼ਬਰਦਸਤ ਤਰੀਕੇ ਦੇ ਨਾਲ ਨਾਅਰੇਬਾਜ਼ੀ ਕਰਦੇ ਹੋਏ ਨਜ਼ਰ ਆ ਰਹੇ ਨੇ। ਕਿਸਾਨਾਂ ਵੱਲੋਂ ਵੱਡੇ ਪੱਧਰ ਤੇ ਪ੍ਰਦਰਸ਼ਨ ਕੀਤਾ ਜਾ ਰਿਹਾ, ਪੁਲਿਸ ਪ੍ਰਸ਼ਾਸਨ ਮੌਕੇ ਤੇ ਮੌਜੂਦ ਆ। ਤਾਂ ਦੇਖੋ ਇਹ ਤਸਵੀਰ ਦੇਖੋ, ਕਿਸਾਨ ਤੇ ਬੀਜੇਪੀ ਸਮਰਥਕ ਇਸ ਵੇਲੇ ਤਾਂ ਤਸਵੀਰ ਦਿਖਾ ਰਹੇ ਤੁਹਾਨੂੰ। ਭਾਜੀ ਕਿਵੇਂ ਦੇਖਦੇ ਹੋ ਇਸ ਗੁਰੂ? ਕੋਈ ਇਸ ਗੱਲ, ਉਹ ਆਪਣਾ ਕੰਮ ਕਰ ਰਹੇ ਨੇ, ਅਸੀਂ ਆਪਣਾ ਕੰਮ ਕਰ ਰਹੇ। ਤਸਵੀਰ ਦੇਖੋ, ਤਾਂ ਲਗਾਤਾਰ ਇੱਥੋਂ ਟ੍ਰੈਫਿਕ ਕਢਵਾਈ ਜਾ ਰਹੀ ਆ। ਹੰਸ ਰਾਜ ਹੰਸ ਹੱਥ ਜੋੜ ਕੇ ਖੜੇ ਨੇ, ਇੱਕ ਪਾਸੇ ਕਿਸਾਨ ਨੇ ਤੇ ਦੂਜੇ ਪਾਸੇ ਹੰਸ ਰਾਜ ਹੰਸ ਜਿਹੜੇ ਨੇ ਉਹ ਹੱਥ ਜੋੜ ਕੇ ਖੜੇ ਨੇ। ਤਾਂ ਤਸਵੀਰ ਦੇਖੋ, ਤਾਂ ਤਸਵੀਰ ਦੇਖੋ, ਹਾਂਜੀ, ਤਾਂ ਤਸਵੀਰ